ਇਸ ਪਹਿਲੇ ਦੀ ਅਹਿਮ ਤੇ ਵੱਡੀ ਖਬਰ ਤੁਹਾਡੇ ਤੱਕ ਸਾਂਝੀ ਕਰ ਰਹੇ ਹਾਂ ਜੀ ਹਾਂ ਬਹੁਤ ਵੱਡੀ ਅਪਡੇਟ ਕਾਂਗਰਸ ਪਾਰਟੀ ਦੇ ਨਾਲ ਸੰਬੰਧਿਤ ਹੈ ਜਿਥੇ ਕਿ ਕਾਂਗਰਸ ਪਾਰਟੀ ਅੱਜ ਐਲਾਨ ਸਕਦੀ ਹੈ ਆਪਣੇ 31 ਉਮੀਦਵਾਰਾਂ ਦੇ ਨਾਂ ਜੀ ਹਾਂ ਇੱਕ ਸੂਚੀ ਕੁਝ ਪਹਿਲਾਂ ਜਾਰੀ ਕੀਤੀ ਗਈ ਸੀ ਜਿਸ ਵਿੱਚ 86 ਉਮੀਦਵਾਰਾਂ ਦੇ ਨਾਂ ਐਲਾਨੇ ਗਏ ਸੀ ਸੂਤਰਾਂ ਦੇ ਹਵਾਲੇ ਤੋਂ ਵੱਡੀ ਜਾਣਕਾਰੀ ਜੀ ਹਾਂ ਜਿੱਥੇ ਨਾਂ ਮਿਲਾਨੇ ਗਏ ਉੱਥੇ ਹੀ ਕੁਝ ਵਿਧਾਇਕਾਂ ਦੇ ਕੱਟੇ ਵੀ ਗਏ ਬਾਕੀ ਤੇਵਰਾਂ ਦਾ ਜਿਹੜਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਹੈ ਬਾਕੀ ਤੇਵਰ ਨਜ਼ਰ ਆ ਰਹੇ ਨੇ ਕੁਝ ਵਿਧਾਇਕਾਂ ਦੇ ਹੁਣ ਵੇਖਣਾ ਹੈ ਹੋਵੇ ਗਾ ਕਿ ਅੱਜ ਜਦੋਂ ਸ਼ਾਮ ਨੂੰ ਇਹ ਫੈਸਲਾ ਲਿਆ ਜਾਣਾ ਹੈ ਮੀਟਿੰਗਾਂ ਹੋਣਗੀਆਂ ਤੇ ਉਸ ਦੇ ਵਿੱਚ ਨਾਮ ਐਲਾਨਣ ਦੇ ਨਾਲ ਨਾਲ ਜਿਨ੍ਹਾਂ ਦੇ ਨਾਮ ਹੋਰ ਕੱਟੇ ਜਾਣਗੇ ਤਾਂ ਉਹਨਾਂ ਦਾ ਕੀ ਰਿਐਕਸ਼ਨ ਹੋਵੇਗਾ ਕਿਸ ਤਰੀਕੇ ਦੇ ਨਾਲ ਉਹ ਕਾਂਗਰਸ ਪਾਰਟੀ ਨੂੰ ਵੇਖਣਗੇ ਚਾ ਕੀ ਉਹਨਾਂ ਦਾ ਨਜ਼ਰੀਆ ਹੋਵੇਗਾ ਕਿਸ ਤਰੀਕੇ ਦੀ ਜਿਹੜੀ ਹੈ ਕਾਂਗਰਸ ਪਾਰਟੀ ਨੂੰ ਬਾਗੀ ਤੇਵਰ ਕਹਿ ਲੋ ਜਾਂ ਫਿਰ ਆਪੋਜੀਸ਼ਨ ਪਾਰਟੀਆਂ ਦਾ ਸਾਹਮਣਾ ਜਿਹੜਾ ਵਿਧਾਇਕਾਂ ਦਾ ਸਾਹਮਣਾ ਕਰਨਾ ਪੈਣਾ ਉਹ ਕੀ ਹੋਵੇਗਾ ਇਹ ਤਾਂ ਸਮਾਂ ਹੀ ਦੱਸੇਗਾ